सुरेंद्र जी मैं ਤੁਹਾਡੇ ਕੋਲ ਆ ਰਿਹਾ ਜੀ ਕਰੋ ਗੱਲ ਹੁੰਦਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ 40 42 ਦਿਨ ਤੋਂ ਤੁਸੀਂ 48 ਦਿਨ ਤੋਂ ਤੁਸੀਂ ਜੋ ਸੇਵਾ ਕਰ ਰਹੇ ਹੋ ਸੋ ਸਾਨੂੰ ਐਵਰੀਡੇ ਲਾਈਵ ਆਪਾਂ ਤੁਹਾਡੀ ਦੇਖਦੇ ਰਹਿੰਦੇ ਆ ਸੋ ਸਾਨੂੰ ਕਦੀ ਕਦੀ ਮੌਕਾ ਮਿਲਦਾ ਸੋ ਅਸੀਂ ਇੱਥੇ ਆਨੇ ਆ ਦੇਖਣ ਵਾਸਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਆ ਕਿ ਜੋ ਕਿਸਾਨੀ ਜੋ ਬਿੱਲ ਲੈ ਕੇ ਆਇਆ ਮੋਦੀ ਸਰਕਾਰ ਇਹ ਕਿਉਂ ਲੈ ਕੇ ਆਇਆ ਸੋ ਇਹ ਇਹਦੇ ਵਿੱਚ ਇੱਕ ਸੋਲੂਸ਼ਨ ਮੈਂ ਜੋ ਸਰਵੇ ਕੀਤਾ ਜਦੋਂ ਮੈਂ ਦੇਖਿਆ ਚੀਜ਼ ਨੂੰ ਗੌਰ ਦੇ ਨਾਲ ਇਹ ਕਿਉਂ ਇਹ ਇਹਨੇ ਬਿੱਲ ਪਾਸ ਕੀਤੇ ਨੇ ਸੋ ਮੈਂ ਉਸ ਨਤੀਜੇ ਤੇ ਪਹੁੰਚਿਆ ਹੈਗਾ ਕਿ ਜੇ ਜਿਹੜੀ ਸੜਕ ਨਿਕਲ ਰਹੀ ਹੈ ਪਾਕਿਸਤਾਨ ਤੋਂ ਲੈ ਕੇ ਉਹ ਸਿੱਧੀ ਜਾ ਰਹੀ ਹੈ ਵਾਇਆ ਅਫਗਾਨਿਸਤਾਨ ਔਰ ਅਰਬ ਕੰਟਰੀਆਂ ਤੋਂ ਹੋ ਕੇ ਯੂਰਪ ਨੂੰ ਕਨੈਕਟ ਹੋ ਰਹੀ ਹੈ ਸੜਕ ਚਾਈਨਾ ਤੋਂ ਆ ਰਹੀ ਹੈ ਸੀ ਠੀਕ ਹੈ ਉਹ ਸਿੱਧੀ ਕਨੈਕਟ ਹੋ ਰਹੀ ਹੈ ਤੇ ਉਹਦੇ ਬਾਅਦ ਚ ਤੁਸੀਂ ਦੇਖੋ ਕਿ ਦੂਜੀ ਗੱਲ ਇਹਦੇ ਚ ਇਹ ਨਿਕਲ ਕੇ ਆਂਦੀ ਹੈ ਕਿ ਜਦੋਂ ਸੜਕ ਬਣਨੀ ਉਹਨਾਂ ਨੇ ਕੀਤਾ ਕਿ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਤੋਂ ਐਕਸਪ੍ਰੈਸ ਹਾਈਵੇ ਅੰਮ੍ਰਿਤਸਰ ਤੱਕ ਕਨੈਕਟ ਕਰਨ ਦੀ ਪਰਮਿਸ਼ਨ ਦਿੱਤੀ ਹੈ ਸੋ ਪੰਜਾਬ ਉਹ ਰਿਕੁਆਇਰ ਕਰ ਰਹੀ ਹੈ ਜ਼ਮੀਨਾਂ ਸੋ ਰਿਕੁਆਇਰ ਵੀ ਕਰ ਰਹੀ ਹੈ ਉਹ ਵੀ ਬੈਕ ਤੇ ਕੰਮ ਚੱਲ ਰਿਹਾ ਸੋ ਇਹ ਪੰਜਾਬ ਦੇ ਵਾਸਤੇ ਇੱਕ ਚੰਗੀ ਖਬਰ ਹੈ ਕਿ ਸਾਨੂੰ ਦੂਜੇ ਸੂਬਿਆਂ ਨਾਲ ਦੂਜੀਆਂ ਕੰਟਰੀਆਂ ਦੇ ਨਾਲ ਜੋੜਿਆ ਜਾ ਰਿਹਾ ਸੋ ਇਹਦੇ ਵਿੱਚ ਜੋੜਨ ਦੇ ਨਾਲ ਸਾਨੂੰ ਪੰਜਾਬ ਦਾ ਵਿਕਾਸ ਹੋਏਗਾ ਸਾਡੀ ਹਰ ਇੱਕ ਚੀਜ਼ ਦੇ ਵਿੱਚ ਇੰਡਸਟਰੀ ਆ ਸਕਦੀ ਹੈ ਸਾਡੇ ਵਿੱਚ ਸਾਡੀਆਂ ਫਸਲਾਂ ਦੇ ਚੰਗੇ ਮੁੱਲ ਮਿਲ ਸਕਦੇ ਨੇ ਕਿਉਂਕਿ ਯੂਰਪ ਨਾਲ ਕਨੈਕਟ ਹੋ ਰਹੀ ਹੈ ਸੜਕ ਸਾਡੇ ਉੱਥੋਂ ਹਾਈਵੇ ਬਣ ਸਕਦੇ ਨੇ ਅੱਛੇ ਸੋ ਇਹ ਚੀਜ਼ਾਂ ਨੂੰ ਸਾਨੂੰ ਗੌਰ ਨਾਲ ਦੇਖਣਾ ਪਏਗਾ ਕਿ ਇਹ ਕਿਉਂ ਜ਼ਮੀਨਾਂ ਦੇ ਸਾਡੇ ਇਹ ਤਿੰਨ ਬਿੱਲ ਕਿਉਂ ਪਾਸ ਕੀਤੇ ਨੇ ਕਿ ਉਹ ਜ਼ਮੀਨਾਂ ਸਾਡੀਆਂ ਕਿਉਂ ਰਿਕੁਆਇਰ ਕਰਨੀਆਂ ਚਾਹੁੰਦੇ ਨੇ ਸੋ ਇਹ ਤਾਂ ਬਹੁਤ ਸੋਚਣ ਵਾਲੀ ਗੱਲ ਹੈ ਮੇਰੇ ਪੰਜਾਬੀਓ ਮੇਰੇ ਭਰਾਵੋ ਸੋ ਇਹਦੇ 'ਤੇ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਤੁਸੀਂ ਜਿੱਥੇ ਵੀ ਹੈਗੇ ਹੋ ਜਿਹੜੀ ਕੰਟਰੀ 'ਚ ਹੈਗੇ ਹੋ ਇਹਨੂੰ ਸੰਘਰਸ਼ ਨੂੰ ਬੰਦ ਨਾ ਕਰੋ ਇਹਨੂੰ ਠੰਡਾ ਨਾ ਪੈਣ ਦਿਓ ਜੋ ਸੰਘਰਸ਼ ਇਸ ਟਾਈਮ ਉੱਥੇ ਪੰਜਾਬ ਦੇ ਵਿੱਚ ਠੰਡਾ ਪੈ ਚੁੱਕਾ ਹੈ ਸੋ ਪੰਜਾਬ ਦੇ ਵਿੱਚ ਕੀ ਅਸੀਂ ਦੇਸ਼ ਵਿਦੇਸ਼ 'ਚ ਅਸੀਂ ਜਾ ਨਹੀਂ ਸਕਦੇ ਇਸ ਟਾਈਮ ਕੋਵਿਡ ਦੀ ਵਜ੍ਹਾ ਨਾਲ ਸੋ ਅਸੀਂ ਇੱਥੇ ਬੈਠ ਕੇ ਹੀ ਜਿੰਨੀ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਹੱਲਾਸ਼ੇਰੀ ਨਾਲ ਕੰਮ ਕਰ ਸਕਦੇ ਹਾਂ ਅਸੀਂ ਕੰਮ ਕਰਾਂਗੇ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਜੁੜੇ ਰਹੋ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ थैंक यू जी वरिंदर जी थैंक यू इन्होंने बड़िया कम दिया गल् दसिया जे बड़े नुकते दसे ने कि जी सड़क चाइना तो बन रही है यूरोप में भर्ती भी महंगी होएगी रुजगार भी मिल गए पर असी कदे भी अपने पंजाब वरिंदर जी मैं ਤੁਹਾਡੇ ਕੋਲ ਆ ਰਿਹਾ जी ਕਰੋ ਗੱਲ ਹੁੰਦਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ 40 42 ਦਿਨ ਤੋਂ ਤੁਸੀਂ 48 ਦਿਨ ਤੋਂ ਤੁਸੀਂ ਜੋ ਸੇਵਾ ਕਰ ਰਹੇ ਹੋ ਸੋ ਸਾਨੂੰ ਐਵਰੀਡੇ ਲਾਈਵ ਆਪਾਂ ਤੁਹਾਡੀ ਦੇਖਦੇ ਰਹਿੰਦੇ ਹਾਂ ਸੋ ਸਾਨੂੰ ਕਦੀ ਕਦੀ ਮੌਕਾ ਮਿਲਦਾ ਸੋ ਅਸੀਂ ਇੱਥੇ ਆਨੇ ਆ ਦੇਖਣ ਵਾਸਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਕਿ ਜੋ ਕਿਸਾਨੀ ਜੋ ਬਿੱਲ ਲੈ ਕੇ ਆਇਆ ਮੋਦੀ ਸਰਕਾਰ ਇਹ ਕਿਉਂ ਲੈ ਕੇ ਆਇਆ ਸੋ ਇਹ ਇਹਦੇ ਵਿੱਚ ਇੱਕ ਸੋਲੂਸ਼ਨ ਮੈਂ ਜੋ ਸਰਵੇ ਕੀਤਾ ਜਦੋਂ ਮੈਂ ਦੇਖਿਆ ਚੀਜ਼ ਨੂੰ ਗੌਰ ਦੇ ਨਾਲ ਇਹ ਕਿਉਂ ਇਹ ਇਹਨੇ ਬਿੱਲ ਪਾਸ ਕੀਤੇ ਨੇ ਸੋ ਮੈਂ ਉਸ ਨਤੀਜੇ ਤੇ ਪਹੁੰਚਿਆ ਹੈਗਾ ਕਿ ਜੇ ਜਿਹੜੀ ਸੜਕ ਨਿਕਲ ਰਹੀ ਹੈ ਪਾਕਿਸਤਾਨ ਤੋਂ ਲੈ ਕੇ ਉਹ ਸਿੱਧੀ ਜਾ ਰਹੀ ਹੈ ਵਾਇਆ ਅਫਗਾਨਿਸਤਾਨ ਔਰ ਅਰਬ ਕੰਟਰੀਆਂ ਤੋਂ ਹੋ ਕੇ ਯੂਰਪ ਨੂੰ ਕਨੈਕਟ ਹੋ ਰਹੀ ਹੈ ਸੜਕ ਚਾਈਨਾ ਤੋਂ ਆ ਰਹੀ ਹੈ ਸੀ ਠੀਕ ਹੈ ਉਹ ਸਿੱਧੀ ਕਨੈਕਟ ਹੋ ਰਹੀ ਹੈ ਤੇ ਉਹਦੇ ਬਾਅਦ ਚ ਤੁਸੀਂ ਦੇਖੋ ਕਿ ਦੂਜੀ ਗੱਲ ਇਹਦੇ ਚ ਇਹ ਨਿਕਲ ਕੇ ਆਂਦੀ ਹੈ ਕਿ ਜਦੋਂ ਸੜਕ ਬਣਨੀ ਉਹਨਾਂ ਨੇ ਕੀਤਾ ਕਿ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਤੋਂ ਐਕਸਪ੍ਰੈਸ ਹਾਈਵੇ ਅੰਮ੍ਰਿਤਸਰ ਤੱਕ ਕਨੈਕਟ ਕਰਨ ਦੀ ਪਰਮਿਸ਼ਨ ਦਿੱਤੀ ਹੈ ਸੋ ਪੰਜਾਬ ਉਹ ਰਿਕੁਆਇਰ ਕਰ ਰਹੀ ਹੈ ਜ਼ਮੀਨਾਂ ਸੋ ਰਿਕੁਆਇਰ ਵੀ ਕਰ ਰਹੀ ਹੈ ਉਹ ਵੀ ਬੈਕ ਤੇ ਕੰਮ ਚੱਲ ਰਿਹਾ ਸੋ ਇਹ ਪੰਜਾਬ ਦੇ ਵਾਸਤੇ ਇੱਕ ਚੰਗੀ ਖਬਰ ਹੈ ਕਿ ਸਾਨੂੰ ਦੂਜੇ ਸੂਬਿਆਂ ਨਾਲ ਦੂਜੀਆਂ ਕੰਟਰੀਆਂ ਦੇ ਨਾਲ ਜੋੜਿਆ ਜਾ ਰਿਹਾ ਸੋ ਇਹਦੇ ਵਿੱਚ ਜੋੜਨ ਦੇ ਨਾਲ ਸਾਨੂੰ ਪੰਜਾਬ ਦਾ ਵਿਕਾਸ ਹੋਏਗਾ ਸਾਡੀ ਹਰ ਇੱਕ ਚੀਜ਼ ਦੇ ਵਿੱਚ ਇੰਡਸਟਰੀ ਆ ਸਕਦੀ ਹੈ ਸਾਡੇ ਵਿੱਚ ਸਾਡੀਆਂ ਫਸਲਾਂ ਦੇ ਚੰਗੇ ਮੁੱਲ ਮਿਲ ਸਕਦੇ ਨੇ ਕਿਉਂਕਿ ਯੂਰਪ ਨਾਲ ਕਨੈਕਟ ਹੋ ਰਹੀ ਹੈ ਸੜਕ ਸਾਡੇ ਉੱਥੋਂ ਹਾਈਵੇ ਬਣ ਸਕਦੇ ਨੇ ਅੱਛੇ ਸੋ ਇਹ ਚੀਜ਼ਾਂ ਨੂੰ ਸਾਨੂੰ ਗੌਰ ਨਾਲ ਦੇਖਣਾ ਪਏਗਾ ਕਿ ਇਹ ਕਿਉਂ ਜ਼ਮੀਨਾਂ ਦੇ ਸਾਡੇ ਇਹ ਤਿੰਨ ਬਿੱਲ ਕਿਉਂ ਪਾਸ ਕੀਤੇ ਨੇ ਕਿ ਉਹ ਜ਼ਮੀਨਾਂ ਸਾਡੀਆਂ ਕਿਉਂ ਰਿਕੁਆਇਰ ਕਰਨੀਆਂ ਚਾਹੁੰਦੇ ਨੇ ਸੋ ਇਹ ਤਾਂ ਬਹੁਤ ਸੋਚਣ ਵਾਲੀ ਗੱਲ ਹੈ ਮੇਰੇ ਪੰਜਾਬੀਓ ਮੇਰੇ ਭਰਾਵੋ ਸੋ ਇਹਦੇ 'ਤੇ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਤੁਸੀਂ ਜਿੱਥੇ ਵੀ ਹੈਗੇ ਹੋ ਜਿਹੜੀ ਕੰਟਰੀ 'ਚ ਹੈਗੇ ਹੋ ਇਹਨੂੰ ਸੰਘਰਸ਼ ਨੂੰ ਬੰਦ ਨਾ ਕਰੋ ਇਹਨੂੰ ਠੰਡਾ ਨਾ ਪੈਣ ਦਿਓ ਜੋ ਸੰਘਰਸ਼ ਇਸ ਟਾਈਮ ਉੱਥੇ ਪੰਜਾਬ ਦੇ ਵਿੱਚ ਠੰਡਾ ਪੈ ਚੁੱਕਾ ਹੈ ਸੋ ਪੰਜਾਬ ਦੇ ਵਿੱਚ ਕੀ ਅਸੀਂ ਦੇਸ਼ ਵਿਦੇਸ਼ 'ਚ ਅਸੀਂ ਜਾ ਨਹੀਂ ਸਕਦੇ ਇਸ ਟਾਈਮ ਕੋਵਿਡ ਦੀ ਵਜ੍ਹਾ ਨਾਲ ਸੋ ਅਸੀਂ ਇੱਥੇ ਬੈਠ ਕੇ ਹੀ ਜਿੰਨੀ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਹੱਲਾਸ਼ੇਰੀ ਨਾਲ ਕੰਮ ਕਰ ਸਕਦੇ ਹਾਂ ਅਸੀਂ ਕੰਮ ਕਰਾਂਗੇ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਜੁੜੇ ਰਹੋ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ थैंक यू जी वरिंदर जी थैंक यू इन्होंने बड़िया कम दिया गल् दसिया जे बड़े नुकते दसे ने कि जी सड़क चाइना तो बन रही है यूरोप में भर्ती भी महंगी होएगी
रुजगार भी मिल गए, पर असी कदे भी अपने पंजाब